वर्क परमिट से आए हुए हैं? हाँ जी, नहीं नहीं सर, स्टडी परमिट की नहीं, स्टडी स्टडी तो ही है। ठीक है ठीक है। पहला शायद कुछ इस तरह का चल रहा सी ना कि भी तुहाडे पुराने एजेंट वाला शायद अपडेट करते सी वेब फॉर्म के थ्रू। हाँ जी सर, ऐसी मैं कि इतने मेरे फ्रेंड सी जी, उन्हां दी फाइल की लगवाई सी जी। वैसे तो कैनेडा तो ही ने सर भी, तो उन्होंने कराया सी वेब फॉर्म कराया सी कुछ उन्हां दी मैरिज दे रिगार्डिंग, मैरिज एनिवर्सरी दे रिगार्डिंग जी। सो फिर उन्होंने दो बारी उन्होंने आप कीता सी जी। ओके, तीसरी बारी आ हुण उन्होंने, उदो उन्होंने कह रहे सी कि भी रिप्लाई आउंदा सी मेल दा भी कोविड करके नहीं रिजल्ट दे सकदे। मतलब जेड़ा मैं वेब फॉर्म कीता सी उदा उदे रिप्लाई दे वेचे वीजा आया, जबकि उन्हां दी जेड़ी सबमिशन हुई सी वो मार्च 2021 दी हुई सी। सो वैसे ही हुण इस टाइम जेड़े डिसीजन आ रहे हो मार्च अप्रैल दी आ रहे हैं। सो उन्हां दा कंसल्टेंट दा कहना है कि मेरे वेब फॉर्म दे रिप्लाई दे वेचे जेड़ा वीजा आया, तो ये भाजी होनी भी कहिंदे सी कि आपां भी वेब फॉर्म पा दईए एक वारी कि शायद अपना भी कुछ डिसीजन आ जाए। ये वेब फॉर्म कोई कोई सीक्रेट कोई फॉर्म नहीं सर, मैं तो जिद्दां सुनन चाहिए है ना जी, मैं तो उदा ही मैं पूछना कि भी वेब फॉर्म कोई सीक्रेट इदा कोई हथियार ते है नहीं कि भी वेब फॉर्म ते अगर किसी नु रिमाइंड करता ते भी वीजा आ जाएगा इस तरह, जानलेस भी कोई चीज है इस तरह। तुसी पहला भी तुसी पहला भी अप्लाई कर चुके हो कुलविंदर? मेरे ख्याल दो तीन साडे तो आंदे ए फर्स्ट टाइम है, वो इना दे फ्रेंड ने कीता सी जेड़ा इना दा डिसीजन आया। मैं ना वेब फॉर्म बारे थोड़ा जिहा दस दिंना, ਜਦੋਂ ਆਪਾਂ ਵੈਬ ਫਾਰਮ ਅਪਲਾਈ ਕਰਦੇ ਆ ਨਾ, ਜਦੋਂ ਆਪਾਂ IRCC ਵੈਬ ਫਾਰਮ ਦੀ ਵੈਬਸਾਈਟ ਤੇ ਜਾ ਕੇ ਉਹਨੂੰ ਓਪਨ ਕਰਦੇ ਗੂਗਲ ਤੇ ਜਾ ਕੇ, ਤੇ ਉਹਦੇ ਉੱਪਰ ਸਾਫ਼ ਲਿਖਿਆ ਹੁੰਦਾ ਕਿ ਤੁਸੀਂ ਸਾਨੂੰ ਅਪਡੇਟ ਕੀ ਕਰਨਾ, ਬਰਥ ਬਾਰੇ, ਡੈਥ ਬਾਰੇ, ਡਿਵੋਰਸ ਬਾਰੇ, ਮੈਰਿਜ ਬਾਰੇ, ਤੇ ਜੇ ਤੁਹਾਡਾ ਕੋਈ ਸਟੇਟਸ ਚੇਂਜ ਹੋਇਆ, ਸਪੋਜ਼ ਕਰੋ ਤੁਹਾਡੀ ਜੋਬ ਚੇਂਜ ਹੋਈ ਹੈ ਜਾਂ ਕੁਛ ਇਸ ਤਰ੍ਹਾਂ ਦਾ ਕਿ ਤੁਹਾਡਾ ਸਟੱਡੀ ਪਰਮਿਟ ਐਕਸਟੈਂਡਡ ਨਵਾਂ ਆ ਗਿਆ ਜਾਂ ਤੁਹਾਡਾ ਵਰਕ ਪਰਮਿਟ ਆ ਗਿਆ, ਉਹੋ ਜਿਹੀਆਂ ਚੀਜ਼ਾਂ ਤੁਸੀਂ, ਜਾਂ ਅਰਜੈਂਸੀ ਲਿਖਿਆ ਹੁੰਦਾ ਉਹ ਉਹਦੇ ਵਾਸਤੇ ਹੁੰਦਾ ਵਾ ਕਿ ਜੇ ਤੁਹਾਡਾ ਸਾਫ਼ ਹੀ ਉਹਨਾਂ ਥੱਲੇ ਲਿਖਿਆ ਹੁੰਦਾ ਕਿ ਜੇ ਤੁਸੀਂ PR, ਜੇ ਤੁਹਾਡਾ PR ਕਾਰਡ ਨਹੀਂ ਆ ਰਿਹਾ ਤੇ ਤੁਸੀਂ ਟਰੈਵਲ ਕਰਨਾ ਜਾਂ ਕੁਛ ਇਸ ਤਰ੍ਹਾਂ ਦਾ, ਉਹਦੇ ਰਿਗਾਰਡਿੰਗ ਜੇ ਕੋਈ ਅਰਜੈਂਸੀ ਆ ਤੇ ਤੁਸੀਂ ਉਹਦੇ ਲਈ ਅਪਡੇਟ ਕਰ ਸਕਦੇ। ਜੇ ਅਦਰਵਾਈਜ਼ ਹੋਰ ਚੀਜ਼ਾਂ ਕਿ ਸਾਡਾ ਡਿਸੀਜਨ ਨਹੀਂ ਆ ਰਿਹਾ ਜਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਤੋਂ ਉੱਪਰ ਹੋ ਗਿਆ, ਜੋ ਕਿ ਅੱਜ ਕੱਲ੍ਹ ਉਹ ਪ੍ਰੋਸੈਸਿੰਗ ਟਾਈਮ ਦਾ ਤੇ ਉਹ ਕੁਛ ਮੰਨ ਕੇ ਚੱਲਦੇ ਨਹੀਂ, ਕੋਈ ਰਿਪਲਾਈ ਨਹੀਂ ਦਿੰਦੇ। ਤੋ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਤੁਸੀਂ ਜਿੰਨਾ ਮਰਜ਼ੀ ਕਰੀ ਜਾਓ ਕਿ ਸਾਡਾ ਅਸੀਂ ਸਾਡਾ ਪ੍ਰੋਗਰਾਮ ਆ, ਸਾਨੂੰ ਵੀਜ਼ਾ ਦੇ ਦਿਓ, ਜਾਂ ਐਨੀਵਰਸਰੀ ਆ, ਜਾਂ ਕੋਈ ਬਰਥਡੇ ਪਾਰਟੀ ਆ, ਜਾਂ ਕੁਛ ਵੀ ਆ, ਜਾਂ ਅਸੀਂ ਡਿਪਰੈਸ਼ਨ 'ਚ ਆ, ਸਾਨੂੰ ਵੀਜ਼ਾ ਦੇ ਦਿਓ, ਉਹ ਕਦੀ ਵੀ ਇਸ ਚੀਜ਼ ਦਾ ਰਿਪਲਾਈ ਨਹੀਂ ਕਰਦੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹਾਂ, ਸਾਡੇ ਕਲਾਇੰਟ ਸੀ ਅਤੇ ਉਹਨਾਂ ਦੀ ਨਾ ਵਾਈਫ ਦਾ ਵੀਜ਼ਾ ਐਕਸਟੈਂਡ ਹੋਇਆ, ਸਟੱਡੀ ਪਰਮਿਟ ਐਕਸਟੈਂਡ ਹੋਇਆ, ਉਹ ਅਸੀਂ ਉਹਨਾਂ ਦਾ ਸਟੱਡੀ ਪਰਮਿਟ ਜਿਹੜਾ ਵਾ ਸਪਟੰਬਰ 2021 ਦੇ ਵਿੱਚ ਅਪਡੇਟ ਕੀਤਾ, ਅਤੇ ਉਹ ਉਹਨਾਂ ਦਾ ਅਪਡੇਟ ਹੋ ਗਿਆ। ਸੋ ਉਹ ਸਾਨੂੰ ਨਹੀਂ ਸੀ ਪਤਾ ਲੱਗਣਾ ਕਿ ਅਪਡੇਟ ਹੋਇਆ ਜਾਂ ਨਹੀਂ ਹੋਇਆ, ਉਹਨਾਂ ਨੇ ਨਾ ਉਹ ਮੇਰੇ ਕੋਲੋਂ ਨਾ ਜਿੱਦ ਕਰਕੇ, ਉਹ ਪੇਸ਼ੈਂਸ ਥੋੜ੍ਹੀ ਜਿਹੀ ਉਹਨਾਂ 'ਚ ਘੱਟ ਸੀ ਕਿ ਨਹੀਂ ਨਹੀਂ ਮੇਰੇ ਹੋਰ ਵੀ ਵੈਬ ਫਾਰਮ ਕਰੋ, ਮੈਂ 4 ਜਾਂ 5 ਵੈਬ ਫਾਰਮ ਉਸ ਤੋਂ ਬਾਅਦ 'ਚ ਭੇਜੇ। ਫਿਰ ਕਹਿੰਦੇ ਜੀ ਨਹੀਂ ਹੁਣ ਮੇਰੇ ਕੈਪਸ ਨੋਟ ਅਪਲਾਈ ਕਰੋ ਕਿ ਉਹ ਤੋਂ ਕੁਛ ਪਤਾ ਲੱਗੇ। ਮੈਂ ਉਹਨਾਂ ਨੂੰ ਕਿਹਾ ਕੈਪਸ ਨੋਟ 'ਚ ਕੁਛ ਨਹੀਂ ਪਤਾ ਲੱਗਣਾ, ਨਹੀਂ ਮੇਰੇ ਅਪਲਾਈ ਕਰੋ। ਚਲੋ ਕੈਪਸ ਨੋਟ ਅਪਲਾਈ ਕਰਦੇ, ਕੈਪਸ ਨੋਟ ਆਏ, ਕੈਪਸ ਨੋਟ ਦੇ ਵਿੱਚ ਨਾ ਨੋਟਸ ਬਣੇ ਹੁੰਦੇ ਆ ਤੁਹਾਡੇ ਫਾਈਲ ਦੇ, ਈ ਇੱਕ ਹੁੰਦੇ ਨੋਟਸ ਥੱਲੇ ਬਣੇ ਕਿ ਉਹਨਾਂ ਨੇ ਕੀ ਕੀਤਾ, ਅਤੇ ਇੱਕ ਹੁੰਦਾ ਈ ਡੋਕਸ ਕਿ ਤੁਹਾਡੇ ਵੱਲੋਂ ਕੀ ਕੋਰਸਪੋਂਡੈਂਸ ਹੋਈ, ਕੀ ਡਾਕੂਮੈਂਟ ਆਏ ਜਾਂ ਕੀ ਸਾਰਾ ਕੁਛ ਉਹਨਾਂ ਦੇ ਵਿੱਚ। ਉਹਨਾਂ ਨੂੰ ਮੈਂ ਇਹ ਚੀਜ਼ ਵਿਖਾਈ, ਹੁਣ ਮੈਂ ਫੋਨ 'ਤੇ ਹਾਂ, ਜੇ ਮੈਂ ਹੁੰਦਾ ਲੈਪਟਾਪ 'ਤੇ ਤਾਂ ਮੈਂ ਤੁਹਾਨੂੰ ਨਾ ਸਕਰੀਨ ਸ਼ੇਅਰ ਕਰਕੇ ਵਿਖਾਉਂਦਾ, ਨੈਕਸਟ ਕਿਸੇ ਵੀਡੀਓ 'ਚ ਵਿਖਾਵਾਂਗੇ ਵੀ ਉਹਨਾਂ ਨੇ ਸਿਰਫ ਉਹ ਜਿਹੜਾ ਜਿਹੜਾ ਸਟੱਡੀ ਪਰਮਿਟ ਸੀ ਨਾ ਉਹ ਵਾਲਾ ਵੈਬ ਫਾਰਮ ਵੀ ਅਟੈਚ ਕੀਤਾ। ਉਸ ਤੋਂ ਇਲਾਵਾ ਜਿੰਨੇ ਵੀ ਵੈਬ ਫਾਰਮ ਭੇਜੇ ਕੋਈ ਉਹਨਾਂ ਨੇ ਅਟੈਚ ਨਹੀਂ ਕੀਤਾ ਉਹਨਾਂ ਦੀ ਫਾਈਲ ਦੇ ਨਾਲ। ਮੈਂ ਉਹਨਾਂ ਨੂੰ ਵਿਖਾਇਆ ਵੀ ਬਾਅਦ 'ਚ, ਮੈਂ ਕਿਹਾ ਵੇਖ ਲਓ ਕਿ ਤੁਸੀਂ ਕਹਿ ਦਿੰਦੇ ਜੇ ਕਿ ਵੈਬ ਫਾਰਮ ਭੇਜੋ, ਵੈਬ ਫਾਰਮ ਦਾ ਕੀ ਹੋ ਜਾਣਾ। ਵੈਬ ਫਾਰਮ ਕੁਛ ਕੁ ਜਿਹੜੇ ਹੁੰਦੇ ਨਾ ਜਿੱਥੇ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਆ ਉਹਦੇ ਵਿੱਚ ਹੀ ਉਹ ਕਰਦੇ, ਨਹੀਂ ਤੇ ਉਹਦੇ ਵਿਚਾਰੇ ਸਾਰਾ ਦਿਹਾੜੀ ਫਿਰ ਤੇ ਉਹ ਸਾਰਾ ਸਾਲ ਲੋਕਾਂ ਦੇ ਵੈਬ ਫਾਰਮ ਹੀ ਲਿੰਕ ਕਰਨ ਤੇ ਲੱਗੇ ਰਹਿਣ ਜਿੱਦਾਂ ਵੈਬ ਫਾਰਮ ਹੋ ਜਾਂਦਾ ਉਹਨਾਂ ਦਾ। ਇੱਕ ਤੁਹਾਨੂੰ ਯਾਦ ਹੈ ਸੁਖਵੰਦ ਕਿ ਪਿਛਲੇ ਸਾਲ ਇੱਕ ਗੇਮ ਚੱਲੀ ਸੀ ਕਿ ਵੀ ਟਰੈਵਲ ਆਥੋਰਾਈਜੇਸ਼ਨ ਅਪਲਾਈ ਕਰੋ, ਕੋਈ ਕਹਿੰਦਾ ਜੀ ਇਹਦੇ ਨਾਲ ਵੀਜ਼ਾ ਆ ਜਾਂਦਾ ਹੈ ਪਿਛਲੇ ਸਾਲ ਕੋਵਿਡ ਟਾਈਮ। ਉਹ ਸਰ ਉਹਦਾ ਪਤਾ ਹੀ ਨਹੀਂ ਲੱਗਾ, ਉਹ ਪਹਿਲਾਂ ਤੇ ਉਹਦੇ ਨਾਲ ਉਹ ਵੀਜ਼ੇ ਆਏ ਪਰ ਉਸ ਤੋਂ ਬਾਅਦ ਤੇ ਉਹ ਕਈਆਂ ਨੇ ਰਿਫਿਊਜ਼ ਵੀ ਕਰਾ ਲਈ, ਕਈਆਂ ਦਾ ਕੁਝ ਵੀ ਨਹੀਂ ਆਇਆ, ਉਹ ਪਤਾ ਹੀ ਨਹੀਂ ਲੱਗਾ ਕੀ ਗੇਮ ਸੀ। ਫਿਰ ਇੱਕ ਗੇਮ ਹੋਰ ਚੱਲੀ ਹੈ, ਫਿਰ ਲੋਕੀ ਕਹਿੰਦੇ ਕਿ ਵੀ ਟੂਰਿਸਟ ਵੀਜ਼ਾ ਅਪਲਾਈ ਕਰ ਲਓ, ਜਿਹੜੇ ਉਹ ਇੱਕ ਨਵਾਂ ਪੋਰਟਲ ਚੱਲਿਆ ਟੂਰਿਸਟ ਵਿਜ਼ਟਰ ਵੀਜ਼ਾ, ਸ਼ਾਇਦ ਕਰਨ ਨੂੰ ਮਿਲ ਜਾਏ ਸ਼ਾਇਦ ਉਹ ਜਿਹੜਾ ਫੈਮਿਲੀ ਯੂਨੀਫਿਕੇਸ਼ਨ ਦੇ। ਚਲੋ ਐਨੀਵੇ ਡੈਟਸ ਓਕੇ, ਡੋਨਟ ਵਰੀ ਅਬਾਊਟ ਇਟ, ਜੋ ਜੋ ਹੋ ਗਿਆ ਹੋ ਗਿਆ। ਤੁਹਾਡਾ ਵੀ ਵੈਬ ਫਾਰਮ
ਵੈਬ ਫਾਰਮ ਅਸੀਂ ਕਰਕੇ ਦੇਖ ਲਓ ਤੁਹਾਡਾ ਵੈਬ ਫਾਰਮ ਦਾ ਵੀ ਉਹ ਰਿਜ਼ਲਟ ਕੋਈ ਆ ਗਿਆ ਸ਼ਾਇਦ ਸਕਰੀਨ ਤੇ ਕੁਝ ਆ ਗਿਆ ਨਜ਼ਰ ਕੇਰੀ ਹਾਂਜੀ ਸਰ ਹਾਂਜੀ ਹਾਂਜੀ ਕੀ ਕਹਿ ਰਿਹਾ ਸਕਰੀਨ ਤੇ ਕੁਲਵਿੰਦਰ ਨਾਮ ਲਿਖਿਆ ਹੋਇਆ ਮਾਰਚ 3 ਤਰੀਕ ਦੀ ਡੇਟ ਪਈ ਹੋਈ ਹੈ ਤੇ UCI ਨੰਬਰ ਮੈਂ ਲਾਇਆ ਨਹੀਂ ਲਿਖਿਆ ਕਿ ਵੀ ਕਹਿੰਦੇ ਕਿ ਪਾਸਪੋਰਟ ਦੇ ਦਿਓ ਸਾਨੂੰ ਕੁਲਵਿੰਦਰ ਕੁਲਵਿੰਦਰ ਉਹਨਾਂ ਦੀ ਸਰ ਕਾਲ ਕੁਲਵਿੰਦਰ ਕਾਲ ਤੇ ਚੱਲ ਰਹੀ ਕੁਲਵਿੰਦਰ ਕੀ ਉਹਨੇ ਖੁਸ਼ੀ ਮਾਰੇ ਉਹਨੇ ਫੋਨ ਕੱਟ ਗਿਆ ਕੀ ਗੱਲ ਕੁਲਵਿੰਦਰ ਕੁਲਵਿੰਦਰ ਹੈਲੋ ਹੈਲੋ ਮੇਰਾ ਖਿਆਲ ਹੈ ਕਿ ਕਾਲ ਕੱਟ ਗਈ ਹੈ ਚਲੋ ਡੈਟਸ ਓਕੇ ਮੇ ਬੀ ਪਰ ਨਹੀਂ ਉਹ ਮੈਨੂੰ ਵਾਪਸ ਕਾਲ ਕਰਦੇ ਆ ਬਟ ਉਹ ਲਿੰਕ ਨਹੀਂ ਹੁੰਦੀ ਉਹਨਾਂ ਦੀ ਕਾਲ ਇੱਕ ਜੀ 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 ਚਲੋ ਕੋਈ ਨਹੀਂ ਹੈਲੋ ਕੁਲਵਿੰਦਰ ਦੇਖਿਆ ਤੁਸੀਂ ਕੁਝ ਤੁਹਾਡਾ ਨਾਮ ਲਿਖਿਆ ਪਾਸਪੋਰਟ ਰਿਕੁਐਸਟ ਤੇ ਹੈ ਮਾਰਚ 3 ਤਰੀਕ ਪਈ ਹੋਈ ਹੈ ਤੇ ਹੁਣ ਤੁਸੀਂ ਟਰੈਕਟਰ ਟੂਟਰ ਛੱਡ ਦਿਓ ਤੁਸੀਂ ਹੁਣ ਜਰਾ ਤਿਆਰੀ ਕਰੋ ਬਸ ਪਾਸਪੋਰਟ ਸਬਮਿਟ ਕਰਨ ਦੀ ਬਿਲਕੁਲ ਬਿਲਕੁਲ ਸਰ ਆਹੀ ਦਿਨ ਦੀ ਤਾਂ ਠੀਕ ਕਰ ਰਹੇ ਸੀਗੇ ਜੀ 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 ਹੁਣ ਹੁਣ ਭਾਜੀ ਇੱਥੇ ਇਹ ਚੀਜ਼ ਵੇਖੋ ਕਿ ਜੋ ਉਹਨਾਂ ਦਾ ਟਾਈਮ ਚੱਲ ਰਿਹਾ ਨਾ ਹੁਣ ਮਾਰਚ ਅਪ੍ਰੈਲ ਦੀਆਂ ਜਿਹੜੀਆਂ ਫਾਈਲਸ ਡਿਸੀਜਨ ਆ ਰਹੇ ਹੁਣ ਉੱਤੇ ਕੋਈ ਕਹੀ ਜਾਵੇ ਕਿ ਮੈਂ ਮੇਲ ਕਰਤੀ ਵੀਜ਼ਾ ਆ ਗਿਆ ਕਿ ਮੈਂ ਵੈਬ ਫਾਰਮ ਇਹ ਇਹ ਤੁਹਾਡਾ ਵੈਸੇ ਹੀ ਵੀਜ਼ਾ ਜਾਂ ਜੋ ਵੀ ਤੁਹਾਡਾ ਡਿਸੀਜਨ ਹੈ ਇਸ ਮੰਥ 'ਚ ਆਉਣਾ ਹੀ ਸੀ ਇਸ ਮੰਥ 'ਤੇ ਕਿਉਂਕਿ ਜਿਹੜੀ ਪ੍ਰੋਸੈਸਿੰਗ ਆ ਉਹ ਮਾਰਚ ਅਤੇ ਅਪ੍ਰੈਲ ਦੀਆਂ ਫਾਈਲਸ ਦੀ ਚੱਲ ਰਹੀ ਆ ਹੁਣ ਹੋ ਸਕਦਾ 10 ਦਿਨਾਂ ਨੂੰ ਮਈ ਦੀ ਵੀ ਚੱਲ ਜੇ ਫਿਰ ਮਈ ਤੋਂ ਬਾਅਦ 'ਚ 10 ਦਿਨ ਬਾਅਦ ਫਿਰ ਨਵੀਂ ਵੀ ਚੱਲਦੀ ਕਿਉਂਕਿ ਇਹ ਮੰਥਲੀ ਇੱਕ ਮੰਥ ਦਾ 10 ਕੁ ਦਿਨ ਲੈ ਰਹੇ 10-15 ਦਿਨ ਇਸ ਟਾਈਮ 'ਤੇ ਅੱਛਾ ਅੱਛਾ ਜੀ ਸਰ ਸਰ ਮੈਂ ਪਹਿਲੇ ਹੀ ਮੈਨੂੰ ਜਦੋਂ ਤੁਸੀਂ ਨੇ ਮੈਨੂੰ ਕਾਲ ਕੀਤੀ ਨਾ ਸ਼ਾਮ ਨੂੰ ਤਾਂ ਮੈਨੂੰ ਲੱਗਿਆ ਵੀ ਮੈਂ ਉਸ ਟਾਈਮ ਕਾਰ ਚਲਾ ਰਿਹਾ ਸੀਗਾ ਤੇ ਮੈਨੂੰ ਮੇਰਾ ਧਿਆਨ ਨਹੀਂ ਸੀ ਇੰਨਾ ਤੇ ਮੈਂ ਰਾਸਤੇ 'ਚ ਆਉਂਦਾ ਦਾ ਸੋਚ ਰਿਹਾ ਮੈਂ ਕਿਹਾ ਵੀ ਸਾਰਾ ਐਂ ਕਹਿ ਰਹੇ ਨੇ ਗੇ ਮਤਲਬ ਉਸੇ ਗੱਲ 'ਤੇ ਧਿਆਨ ਸੀਗਾ ਮੈਂ ਆ ਕੇ ਉਹਦੇ ਮਦਰ ਨੂੰ ਦੱਸੀ ਘਰੇ ਗੱਲ ਜੀ ਤੇ ਉਹ ਕਹਿੰਦੇ ਨਹੀਂ ਨਹੀਂ ਕਹਿੰਦੇ ਕੀ ਪਤਾ ਤੁਹਾਨੂੰ ਸਰ ਨੇ ਕੋਈ ਚੰਗੀ ਨਿਊਜ਼ ਹੀ ਦੇਣੀ ਹੋਵੇ ਪਹਿਲਾਂ ਤਾਂ ਸਰ ਨੇ ਤੁਹਾਡੇ ਇੱਦਾਂ ਵੀਡੀਓ ਕਾਲ ਤੇ ਕਹੀ ਨਹੀਂ ਅਚਾਨਕ ਉਹਦੇ 'ਚ ਨਾ ਉਹ ਸਰ ਇਹਨਾਂ ਦਾ ਇਹ ਸੀ ਕਿ ਇਹਨਾਂ ਦੇ ਵਾਈਫ ਦਾ ਜਿਹੜਾ ਸਟੱਡੀ ਪਰਮਿਟ ਹੈ ਨਾ 30th ਆਫ ਜੂਨ ਨੂੰ ਮੇਰੇ ਖਿਆਲ ਉਹ ਐਕਸਪਾਇਰ ਹੋ ਰਿਹਾ ਸੀ ਤੇ ਉਹ ਇਹਨਾਂ ਨੂੰ ਮੈਂ ਕਿਹਾ ਸੀ ਵੀ ਤੁਸੀਂ ਐਕਸਟੈਂਡ ਕਰਵਾ ਲਓ ਤੁਹਾਡਾ 3-4 ਮਹੀਨੇ ਦੀ ਐਕਸਟੈਂਸ਼ਨ ਮਿਲ ਜਾਣੀ ਆ ਕਿ ਕੱਲ ਨੂੰ ਕੋਈ ਪ੍ਰੋਬਲਮ ਨਾ ਹੋਵੇ ਕਿ ਆਫੀਸਰ ਇਸ ਕਰਕੇ ਰਿਫਿਊਜ਼ ਨਾ ਕਰ ਦੇਵੇ ਕਿ ਤੁਹਾਡਾ ਸਟੱਡੀ ਪਰਮਿਟ ਘੱਟ ਗਿਆ ਉਹ ਵੀ ਇਹਨਾਂ ਨੇ ਪਰਸੋਂ ਹਜੇ 2-3 ਦਿਨ ਪਹਿਲਾਂ ਅਪਲਾਈ ਕੀਤਾ ਵਾ ਉਸ ਤੋਂ ਉਹਦੀ ਲੋੜ ਹੀ ਨਹੀਂ ਪਈ ਚਲੋ ਪ੍ਰੋਬਲਮ ਨਹੀਂ ਆਈ ਹਾਂਜੀ ਉਹ ਵੀ ਕਰਤਾ ਸੀਗਾ ਸਰ ਉਹਨਾਂ ਨੇ ਅਪਲਾਈ ਹਾਂਜੀ ਪਰ ਤੁਹਾਨੂੰ ਜਿਹੜਾ ਹੁਣ ਸ਼ਾਇਦ ਜਿਹੜਾ ਵੀਜ਼ਾ ਮਿਲੂਗਾ ਉਹ ਜਿਹੜਾ ਉਹਨਾਂ ਦਾ ਹੁਣ ਤੱਕ ਦਾ 30 ਜੂਨ ਤੱਕ ਦਾ ਹੀ ਮਿਲੂਗਾ ਤੋ ਤੁਸੀਂ ਆਪਣਾ ਪਾਸਪੋਰਟ ਸਬਮਿਟ ਕਰਾਓ ਬਿਲਕੁਲ ਬਿਲਕੁਲ ਸਰ ਅੱਜ ਹੀ ਕਰਾ ਦਿੰਦਾ ਜੀ ਮੈਂ ਤਾਂ ਕੁਲਵਿੰਦਰ ਕੁਲਵਿੰਦਰ ਕਿਹੜੀ ਜਗ੍ਹਾ ਉਹ ਆਵਾਜ਼ ਕਿਸ ਦੀ ਆ ਰਹੀ ਹੈ ਲਾਊਡ ਸਪੀਕਰ ਤੇ ਚੱਲ ਰਿਹਾ ਉਧਰ ਸੜਕ ਤੇ ਲੰਘ ਰਹੇ ਸੀਗੇ ਜੀ ਮੈਂ ਥੋੜਾ ਜਿਹਾ ਇਸੇ ਲਈ ਇੱਧਰ ਆਇਆ ਸੀਗਾ ਅੱਛਾ ਅੱਛਾ ਮੈਂ ਸੜਕ ਦੀ ਸੀਗਾ ਜੀ ਲੰਘ ਰਹੇ ਸੀਗੇ ਅਲਾਊਸਮੈਂਟ ਕਰ ਰਹੇ ਨੇ ਕਸਟਡੀ ਅੱਛਾ ਸਰ ਇੱਕ ਨਾ ਮੈਂ ਇਹਨਾਂ ਨੂੰ ਕਹੂੰਗਾ ਭਾਜੀ ਹੁਣਾਂ ਨੂੰ ਇਹਨਾਂ ਦਾ ਕੇਸ ਥੋੜਾ ਜਿਹਾ ਇਸ ਤਰ੍ਹਾਂ ਦਾ ਡਿਸਕਸ ਨਹੀਂ ਕਰ ਸਕਦੇ ਇੱਥੇ ਕੋਈ ਪ੍ਰਾਈਵੇਸੀ ਕਰਕੇ ਪਰ ਮੈਂ ਇਹਨਾਂ ਨੂੰ ਇੱਕ ਹੋਰ ਫਰੋਡ ਇਹਨਾਂ ਤੋਂ ਹੀ ਮੈਨੂੰ ਇੱਕ ਹੋਰ ਫਰੋਡ ਦਾ ਪਤਾ ਲੱਗਾ ਸੀ ਜਿਹੜਾ ਪੰਜਾਬ 'ਚ ਚੱਲਦਾ ਮੈਂ ਚਾਹੂੰਗਾ ਕਿ ਇਹਨਾਂ ਨੂੰ ਵੀ ਉਹਦੇ ਬਾਰੇ ਵੀ ਦੱਸਣ ਤਾਂ ਕਿ ਜਿਹੜੇ ਦੂਸਰੇ ਲੋਕ ਆ ਉਹ ਉਹਦਾ ਸਰ ਇੱਦਾਂ ਸੀਗਾ ਇੱਥੇ ਸਰ ਕਰ ਸਕਦਾ ਗਾ ₹5-6 lakh ਰੁਪਿਆ ਲੈਊਗਾ ਤੇ ਕਹਿੰਦੇ ਤੁਹਾਡੀ ਸਿੱਧੀ ਫਾਈਲ ਚੱਕ ਕੇ ਰਿਜ਼ਲਟ ਦਵਾ ਦਾਂਗੇ ਤੁਹਾਨੂੰ ਅੱਛਾ ਸਿੱਧੀ ਫਾਈਲ ਚੱਕ ਕੇ ਜ਼ਰੂਰ ਚੱਲ ਗਿਆ ਅੱਛਾ ਉਹਨਾਂ ਨੇ ਇਹਨਾਂ ਨੂੰ ਬਕਾਇਦਾ ਇੱਕ ਨੰਬਰ ਦੱਸਿਆ ਕਿ ਤੁਹਾਡੀ ਫਾਈਲ ਜਿਹੜੀ ਆ ਉਸ ਤੋਂ ਪਹਿਲਾਂ 4 ਵਰਕ ਜਿਹੜੀਆਂ 4 ਵਰਕ ਸਾਈਨਿੰਗ ਫਾਈਲ ਜਿਹੜੀਆਂ ਵਾ ਉਹ ਪ੍ਰੋਸੈਸ ਹੋਣੀਆਂ ਵਾ ਤੇ ਉਸ ਤੋਂ ਬਾਅਦ ਚ ਤੁਹਾਡਾ ਨੰਬਰ ਆਉਣਾ ਹਾਂਜੀ ਉਹ ਕਹਿੰਦੇ ਵੀ ਜੇ ਸਾਨੂੰ CIC ਨੇ ਨਾ IRCC ਨੇ ਉਦੋਂ ਉਹ ਸਟੈਟਸ ਦਿੱਤੇ ਸੀ ਫਿਗਰਸ ਕਿ ਸਾਡੇ ਕੋਲ ਕਿਹੜੀਆਂ ਕਿੰਨਾ ਬੈਕਲੌਗ ਪਿਆ ਆ ਉਹਦੇ ਚ ਜਿਹੜੀਆਂ ਵਰਕ ਪਰਮਿਟ ਦੀਆਂ ਫਾਈਲ ਸੀ ਉਹ ਓਨਲੀ 75,000 ਸੀ ਕਿ 75,000 ਉਹ ਇਹਨਾਂ ਨੂੰ ਕਹਿ ਰਿਹਾ ਸੀ ਕਿ 4 lakh ਤੋਂ ਬਾਅਦ 'ਚ ਵਰਕ ਪਰਮਿਟ ਦੀ ਫਾਈਲ ਪਈ ਆ ਤੇ ਉਸ ਤੋਂ ਬਾਅਦ 'ਚ ਤੁਹਾਡਾ ਨੰਬਰ ਆਉਣਾ ਤੇ ਮੈਨੂੰ 6 lakh ਰੁਪਇਆ ਦਿਓ ਤੇ ਮੈਂ ਤੁਹਾਡੀ ਪ੍ਰੋਸੈਸ ਨੂੰ ਹਲੇ ਕਰਵਾ ਦਿੰਦਾ ਤੇ 6 lakh ਐਡਵਾਂਸ ਲੈ ਆਉਣਾ ਸੀ ਅੱਛਾ ਤੇ ਉਹ ਬਾਅਦ 'ਚ ਕਹਿ ਦੇਣਾ ਸੀ ਕਿ ਇਹ ਮੇਰੇ ਕਰਕੇ ਹੋਈ ਹੈ ਪ੍ਰੋਸੈਸਿੰਗ ਤੇ ਉਹਨਾਂ ਨੂੰ ਪੈਸੇ ਲੈ ਕੇ ਮੈਂ ਉਦੋਂ ਹੀ ਸਰ ਨਾਲ ਫਿਰ ਗੱਲ ਕੀਤੀ ਸੀ ਮੈਂ ਇਦਾਂ ਕੁਝ ਹੁੰਦਾ ਸਰ ਨੇ ਦੱਸਿਆ ਜੀ ਕਹਿੰਦੇ ਵੀ ਨਹੀਂ ਜੀ ਚਲੋ ਬੜਾ ਕੁਝ ਚੱਲ ਰਿਹਾ ਜੀ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਚਲੋ ਕੁਲਵਿੰਦਰ ਇੰਜੋਏ ਕਰੋ ਤੁਸੀਂ ਆਪਣਾ ਦਿਨ ਇੰਜੋਏ ਕਰੋ ਪਾਸਪੋਰਟ ਰਿਕੁਐਸਟ ਲੈ ਲਓ ਪਾਸਪੋਰਟ
ਪਾਸਪੋਰਟ ਤੁਸੀਂ ਕਰੋ ਕਰਾਓ ਸਬਮਿਟ ਤੇ ਵੀਜ਼ਾ ਲਾ ਕੇ ਆਓ ਕੈਨੇਡਾ ਦੀ ਫਲਾਈਟ ਲਓ। ਬਿਲਕੁਲ ਬਿਲਕੁਲ ਸਰ, ਥੈਂਕ ਯੂ ਸੋ ਮਚ ਸਰ। ਠੀਕ ਹੈ, ਥੈਂਕ ਯੂ ਸਾਰਿਆਂ ਨੂੰ, ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ।